ਆ ਦੇਖੋ ਜਿਹੜੇ ਭਾਜਪਾ ਦੇ ਪ੍ਰਵਕਤਾ ਜਾਂ ਭਾਜਪਾ ਦੇ ਲੀਡਰ ਇਹ ਪ੍ਰਚਾਰ ਕਰ ਰਹੇ ਆ ਵੀ ਕਿਸਾਨ ਤਾਂ ਸਾਡੇ ਨਾਲ ਹੈ, ਉਹਨਾਂ ਨੂੰ ਮੈਂ ਅਪੀਲ ਕਰਦਾ ਮੀਡੀਆ ਦੇ ਥਰੂ ਉਹ ਬਾਈ ਨੂੰ ਆ ਜਾਣ ਇਹਨਾਂ ਸਾਰੇ ਬਾਰਡਰਾਂ ਦੇ, ਚਾਹੇ ਸੰਭੂ ਆ, ਚਾਹੇ ਖਨੌਰੀ ਆ, ਚਾਹੇ ਡੱਬ ਵਾਲੀ ਜਾਂ ਰਤਨਪੁਰਾ ਰਾਜਸਥਾਨ 'ਚ, ਦੇਖ ਲੈਣ ਵੀ ਕਿਸਾਨ ਕੰਨਾਂ ਦੇ ਨਾਲ ਆ, ਉਹਨਾਂ ਦੀ ਕਿੰਨੇ ਇਕੱਠ ਨਾਲ ਤਸੱਲੀ ਹੁੰਦੀ ਉਹਨਾਂ ਕਰਾ ਦਾਂਗੇ, ਜੇ ਲੱਖਾਂ ਦਾ ਕਿਹਾ ਤਾਂ ਲੱਖਾਂ ਦਾ ਇਕੱਠ ਹੋਊਗਾ। ਇਸ ਕਰਕੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਜੇ ਮੋਰਚੇ ਦੀਆਂ ਮੰਗਾਂ ਮਨਾਉਣੀਆਂ ਹੈਗੀਆਂ ਤਾਂ ਮਾਤਾਵਾਂ, ਭੈਣਾਂ, ਕਿਸਾਨ, ਮਜ਼ਦੂਰ, ਨੌਜਵਾਨ 22 ਨੂੰ ਵੱਧ ਤੋਂ ਵੱਧ ਗਿਣਤੀਆਂ ਵਿੱਚ ਟਰੈਕਟਰ, ਟਰਾਲੀਆਂ, ਹੋਰ ਸੰਦ ਲੈ ਕੇ ਇਸ ਮੋਰਚੇ ਦੇ ਵਿੱਚ ਪਹੁੰਚੋ। ਪ੍ਰਧਾਨ ਜੀ, ਉਦਣ ਕੋਈ ਵੱਡਾ ਐਲਾਨ ਵੀ ਕੀਤਾ ਜਾਊ ਕੋਈ? ਹਾਂ, ਇਹਦੇ ਬਾਰੇ ਵਿਚਾਰ ਚਰਚਾ ਹੋ ਰਹੀ ਆ, ਜੇ ਕੋਈ ਅਜਿਹੀ ਗੱਲ ਹੋਈ ਤਾਂ ਜ਼ਰੂਰ ਦੱਸਿਆ ਜਾਊਗਾ। ਪ੍ਰਧਾਨ ਜੀ, ਕੜਕੜੀ ਧੁੱਪ ਵੀ ਬਹੁਤ ਪੈ ਰਹੀ ਹੈ, ਬਹੁਤ ਬੀਬੀਆਂ ਵੀ ਉੱਥੇ ਧਰਨੇ ਦੇ ਉੱਪਰ ਬੈਠੀਆਂ ਹੈਗਾ, ਤਾਂ ਇੰਨਾ ਸੰਘਰਸ਼ ਤੇਜ਼ ਚੱਲ ਰਿਹਾ ਹੈਗਾ, ਕਿੰਨਾ ਕੁ ਹੌਂਸਲਾ ਹੈਗਾ ਕਿਸਾਨਾਂ 'ਚ ਹੁਣ? ਹੌਂਸਲਾ ਇੰਨਾ ਵਾ ਅਤੇ ਜਿਹੜਾ ਮਰਜ਼ੀ ਸਰਕਾਰ ਆ ਜੇ, ਮੰਗਾਂ ਮਨਾ ਕੇ ਜਾਵਾਂਗੇ, ਇਹ ਸਮਾਂ ਔਰ ਟਾਈਮ ਦੱਸੂਗਾ ਵੀ ਕਿਵੇਂ ਇਹ ਮਸਲੇ ਦਾ ਹੱਲ ਕਿਸਾਨ ਜਿਹੜੇ ਆ ਉਹ ਲੜਾਈ ਲੜ ਕੇ ਕਰਦੇ ਹੈਗੇ। ਪ੍ਰਧਾਨ ਜੀ, ਤੁਸੀਂ ਕਈ ਵਾਰ ਐਲਾਨ ਕਰਿਆ ਵੀ ਉਦੋਂ ਜਦੋਂ ਸਟਾਰਟਿੰਗ ਦੇ ਵਿੱਚ ਧਰਨਾ ਲੱਗਿਆ ਸੀਗਾ 13 ਫਰਵਰੀ, ਤੁਸੀਂ ਉਸੇ ਦਿਨ ਕਹਿ ਤਾ ਵੀ ਧਰਨਾ ਲੰਬਾ ਚੱਲੂਗਾ, ਕੀ ਕਹਿਣਾ ਸਰ? ਅਤੇ ਪੱਕੀ ਗੱਲ ਆ, ਦੇਖੋ ਜਿਹੜੀਆਂ WTO ਨਾਲ ਟਕਰਾਉਂਦੀਆਂ ਮੰਗਾਂ ਵਿਸ਼ਵ ਵਪਾਰ ਸੰਸਥਾ ਨਾਲ, ਇਹ ਸਮਝੌਤੇ ਹੋਏ ਸਾਡੇ ਦੇ, ਕੋਈ ਸੌਖਾ ਸਕਾਲਾ ਇਹਨਾਂ ਮੰਗਾਂ ਨੂੰ, ਜਿੱਦਣ ਇਹ MSP ਲੀਗਲ ਗਰੰਟੀ ਕਾਨੂੰਨ ਬਣ ਗਿਆ ਤਾਂ ਖੇਤੀ ਮੰਡੀ ਨੂੰ ਤੋੜਨ ਵਾਲੀ ਗੱਲ ਖਤਮ ਹੋਜੂ, ਠੀਕ ਹੈ? ਜਿਹੜਾ ਵਿਸ਼ਵ ਵਪਾਰ ਸੰਸਥਾ ਦਾ ਸਮਝੌਤਾ ਉਹ ਰੱਦ ਕਰਨਾ ਪਊਗਾ, ਇਹ ਸਮਝੌਤੇ ਨਾਲ ਵਰਲਡ ਲੈਵਲ ਦੇ ਸਮਝੌਤਾ ਜੁੜਿਆ ਹੋਇਆ। ਇਸ ਕਰਕੇ ਕਿਸਾਨਾਂ ਨੂੰ ਲੰਮਾ ਲੜਨਾ ਹੀ ਪੈਣਾ ਵਾ, ਵੱਡੀ ਮੰਗ ਆ ਸਾਡੀ। ਸਰ ਜੀ, ਪੰਜਾਬ ਸਰਕਾਰ ਕਿਉਂ ਨਹੀਂ ਧਿਆਨ ਕਰਦੀ ਹੈ, ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰ? ਜਦੋਂ ਮਤਲਬ ਸ਼ੰਭੂ ਬੋਰਡ ਦੇ ਧਰਨਾ ਲੱਗਿਆ ਸੀਗਾ ਰੇਲਵੇ ਦੇ, ਉਦੋਂ ਰੋਕਿਆ ਵੀ ਬੜਾ ਜ਼ਬਰਦਸਤੀ ਰੋਕਿਆ ਗਿਆ ਸਰ। ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਰੋਟੀਆਂ ਸੇਕਦੀ ਹੈਗੀ ਆ। ਪੰਜਾਬ ਸਰਕਾਰ ਨੂੰ ਪਤਾ ਵਾ ਜੇ ਕਿਸਾਨ ਅੰਦੋਲਨ ਇੰਨਾ ਤੇਜ਼ ਹੋਇਆ ਉਹਨਾਂ ਲਈ ਵੀ ਸਮੱਸਿਆ ਖੜੀ ਹੋਊਗੀ, ਉਹਨਾਂ ਕੋਲ ਵੀ ਸਵਾਲ ਜਵਾਬ ਹੋ ਰਿਹਾ। ਉਹ ਅੰਦੋਲਨ ਦੇ ਖਿਲਾਫ ਸਾਜ਼ਿਸ਼ਾਂ ਰਚਦੀ ਆ, ਕਹਿੰਦੀ ਤਾਂ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਹੈ, ਪਰ ਕਿਸਾਨਾਂ ਦੇ ਨਾਲ ਕੋਈ ਨਹੀਂ ਹੈਗੀ। ਸਰ ਜੀ, ਕੀ ਪ੍ਰਬੰਧ ਕੀਤੇ ਵੇ ਹੈਗੇ ਹੁਣ ਉਹਦੇ ਪੰਜਾਬ ਸਰਕਾਰ ਵੱਲੋਂ, ਇੱਥੇ ਪਾਣੀ ਦੇ, ਬਿਜਲੀ ਦਾ ਕੋਈ ਪ੍ਰਬੰਧ ਕਰਿਆ? ਨਾ, ਕੋਈ ਨਹੀਂ ਜੀ, ਬਿਜਲੀ ਦਾ ਤਾਂ ਅਸੀਂ ਸੰਘਰਸ਼ ਕਰਕੇ ਉਹਨਾਂ ਕੋਲ ਪ੍ਰਬੰਧ ਕਰਵਾਇਆ ਸੀ, ਪਰ ਬਿਜਲੀ ਦੀ ਸਮੱਸਿਆ ਹੈਗੀ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ? ਨਹੀਂ, ਬਿਲਕੁਲ, ਜਿਹੜੇ ਦਾਅਵਾ ਕਰਦੇ ਕਿਸਾਨਾਂ ਦੇ ਨਾਲ ਉਹਨਾਂ ਸਾਨੂੰ ਤਾਂ ਕਦੇ ਨਜ਼ਰ ਨਹੀਂ ਆਉਂਦੇ ਹੈਗੇ। ਸਰ ਜੀ, ਪਿੱਛੇ ਹੁਣ ਆਪਣੀਆਂ ਟਰਾਲੀਆਂ ਵੀ ਸੜੀਆਂ ਸੀਗੀਆਂ, ਅੱਗ ਵੀ ਲੱਗੀ ਸੀ, ਕੋਈ ਮੁਆਵਜ਼ਾ ਵਗੈਰਾ? ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਇੱਥੇ ਮੈਡੀਕਲ ਕੈਂਪ ਦੇਖ ਲਓ ਸਰਕਾਰ ਦੇ ਕਿੰਨੇ ਕੁ। ਆ ਦੇਖੋ ਜਿਹੜੇ ਭਾਜਪਾ ਦੇ ਪ੍ਰਵਕਤਾ ਜਾਂ ਭਾਜਪਾ ਦੇ ਲੀਡਰ ਇਹ ਪ੍ਰਚਾਰ ਕਰ ਰਹੇ ਆ ਵੀ ਕਿਸਾਨ ਤਾਂ ਸਾਡੇ ਨਾਲ ਹੈ, ਉਹਨਾਂ ਨੂੰ ਮੈਂ ਅਪੀਲ ਕਰਦਾ ਮੀਡੀਆ ਦੇ ਥਰੂ ਉਹ 22 ਨੂੰ ਆ ਜਾਣ ਇਹਨਾਂ ਸਾਰੇ ਬਾਰਡਰਾਂ ਦੇ, ਚਾਹੇ ਸੰਭੂ ਆ, ਚਾਹੇ ਖਨੌਰੀ ਆ, ਚਾਹੇ ਡੱਬ ਵਾਲੀ ਜਾਂ ਰਤਨਪੁਰਾ ਰਾਜਸਥਾਨ 'ਚ, ਦੇਖ ਲੈਣ ਵੀ ਕਿਸਾਨ ਕੰਨਾਂ ਦੇ ਨਾਲ ਆ, ਉਹਨਾਂ ਦੀ ਕਿੰਨੇ ਇਕੱਠ ਨਾਲ ਤਸੱਲੀ ਹੁੰਦੀ ਉਹਨਾਂ ਕਰਾ ਦਾਂਗੇ, ਜੇ ਲੱਖਾਂ ਦਾ ਕਿਹਾ ਤਾਂ ਲੱਖਾਂ ਦਾ ਇਕੱਠ ਹੋਊਗਾ। ਇਸ ਕਰਕੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਜੇ ਮੋਰਚੇ ਦੀਆਂ ਮੰਗਾਂ ਮਨਾਉਣੀਆਂ ਹੈਗੀਆਂ ਤਾਂ ਮਾਤਾਵਾਂ, ਭੈਣਾਂ, ਕਿਸਾਨ, ਮਜ਼ਦੂਰ, ਨੌਜਵਾਨ 22 ਨੂੰ ਵੱਧ ਤੋਂ ਵੱਧ ਗਿਣਤੀਆਂ ਵਿੱਚ ਟਰੈਕਟਰ, ਟਰਾਲੀਆਂ, ਹੋਰ ਸੰਦ ਲੈ ਕੇ ਇਸ ਮੋਰਚੇ ਦੇ ਵਿੱਚ ਪਹੁੰਚੋ। ਪ੍ਰਧਾਨ ਜੀ, ਉਦਣ ਕੋਈ ਵੱਡਾ ਐਲਾਨ ਵੀ ਕੀਤਾ ਜਾਊ ਕੋਈ? ਹਾਂ, ਇਹਦੇ ਬਾਰੇ ਵਿਚਾਰ ਚਰਚਾ ਹੋ ਰਹੀ ਆ, ਜੇ ਕੋਈ ਅਜਿਹੀ ਗੱਲ ਹੋਈ ਤਾਂ ਜ਼ਰੂਰ ਦੱਸਿਆ ਜਾਊਗਾ। ਪ੍ਰਧਾਨ ਜੀ, ਕੜਕੜੀ ਧੁੱਪ ਵੀ ਬਹੁਤ ਪੈ ਰਹੀ ਹੈ, ਬਹੁਤ ਬੀਬੀਆਂ ਵੀ ਉੱਥੇ ਧਰਨੇ ਦੇ ਉੱਪਰ ਬੈਠੀਆਂ ਹੈਗਾ, ਤਾਂ ਇੰਨਾ ਸੰਘਰਸ਼ ਤੇਜ਼ ਚੱਲ ਰਿਹਾ ਹੈਗਾ, ਕਿੰਨਾ ਕੁ ਹੌਂਸਲਾ ਹੈਗਾ ਕਿਸਾਨਾਂ 'ਚ ਹੁਣ? ਹੌਂਸਲਾ ਇੰਨਾ ਵਾ ਅਤੇ ਜਿਹੜਾ ਮਰਜ਼ੀ ਸਰਕਾਰ ਆ ਜੇ, ਮੰਗਾਂ ਮਨਾ ਕੇ ਜਾਵਾਂਗੇ, ਇਹ ਸਮਾਂ ਔਰ ਟਾਈਮ ਦੱਸੂਗਾ ਵੀ ਕਿਵੇਂ ਇਹ ਮਸਲੇ ਦਾ ਹੱਲ ਕਿਸਾਨ ਜਿਹੜੇ ਆ ਉਹ ਲੜਾਈ ਲੜ ਕੇ ਕਰਦੇ ਹੈਗੇ। ਪ੍ਰਧਾਨ ਜੀ, ਤੁਸੀਂ ਕਈ ਵਾਰ ਐਲਾਨ ਕਰਿਆ ਵੀ ਉਦੋਂ ਜਦੋਂ ਸਟਾਰਟਿੰਗ ਦੇ ਵਿੱਚ ਧਰਨਾ ਲੱਗਿਆ ਸੀਗਾ 13 ਫਰਵਰੀ, ਤੁਸੀਂ ਉਸੇ ਦਿਨ ਕਹਿ ਤਾ ਵੀ ਧਰਨਾ ਲੰਬਾ ਚੱਲੂਗਾ,
ਕੀ ਕਹਿਣਾ ਸਰ? ਅਤੇ ਪੱਕੀ ਗੱਲ ਆ, ਦੇਖੋ ਜਿਹੜੀਆਂ WTO ਨਾਲ ਟਕਰਾਉਂਦੀਆਂ ਮੰਗਾਂ ਵਿਸ਼ਵ ਵਪਾਰ ਸੰਸਥਾ ਨਾਲ, ਇਹ ਸਮਝੌਤੇ ਹੋਏ ਸਾਡੇ 'ਤੇ, ਕੋਈ ਸੌਖਾ ਸਕਾਲਾ ਇਹਨਾਂ ਮੰਗਾਂ ਨੂੰ? ਜਿੱਦਣ MSP ਲੀਗਲ ਗਰੰਟੀ ਕਾਨੂੰਨ ਬਣ ਗਿਆ ਤਾਂ ਖੇਤੀ ਮੰਡੀ ਨੂੰ ਤੋੜਨ ਵਾਲੀ ਗੱਲ ਖਤਮ ਹੋਜੂ, ਠੀਕ ਹੈ? ਜਿਹੜਾ ਵਿਸ਼ਵ ਵਪਾਰ ਸੰਸਥਾ ਦਾ ਸਮਝੌਤਾ ਉਹ ਰੱਦ ਕਰਨਾ ਪਊਗਾ। ਇਹ ਸਮਝੌਤੇ ਨਾਲ ਵਰਲਡ ਲੈਵਲ ਦੇ ਸਮਝੌਤਾ ਜੁੜਿਆ ਹੋਇਆ, ਇਸ ਕਰਕੇ ਕਿਸਾਨਾਂ ਨੂੰ ਲੰਮਾ ਲੜਨਾ ਹੀ ਪੈਣਾ ਵਾ, ਵੱਡੀ ਮੰਗ ਆ ਸਾਡੀ। ਸਰ ਜੀ, ਪੰਜਾਬ ਸਰਕਾਰ ਕਿਉਂ ਨਹੀਂ ਧਿਆਨ ਕਰਦੀ ਹੈ? ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰ? ਜਦੋਂ ਮਤਲਬ ਸ਼ੰਭੂ ਬੋਰਡ ਦੇ ਧਰਨਾ ਲੱਗਿਆ ਸੀਗਾ ਰੇਲਵੇ ਦੇ, ਉਦੋਂ ਰੋਕਿਆ ਵੀ ਬੜਾ ਜ਼ਬਰਦਸਤੀ ਰੋਕਿਆ ਗਿਆ ਸਰ। ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਰੋਟੀਆਂ ਸੇਕਦੀ ਹੈਗੀ ਆ। ਪੰਜਾਬ ਸਰਕਾਰ ਨੂੰ ਪਤਾ ਵਾ ਜੇ ਕਿਸਾਨ ਅੰਦੋਲਨ ਇੰਨਾ ਤੇਜ਼ ਹੋਇਆ ਉਹਨਾਂ ਲਈ ਵੀ ਸਮੱਸਿਆ ਖੜੀ ਹੋਊਗੀ, ਉਹਨਾਂ ਕੋਲ ਵੀ ਸਵਾਲ ਜਵਾਬ ਹੋ ਰਿਹਾ। ਉਹ ਅੰਦੋਲਨ ਦੇ ਖਿਲਾਫ ਸਾਜ਼ਿਸ਼ਾਂ ਰਚਦੀ ਆ, ਕਹਿੰਦੀ ਤਾਂ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਆ, ਪਰ ਕਿਸਾਨਾਂ ਦੇ ਨਾਲ ਕੋਈ ਨਹੀਂ ਹੈਗੀ। ਸਰ ਜੀ, ਕੀ ਪ੍ਰਬੰਧ ਕੀਤੇ ਵੇ ਹੈਗੇ ਹੁਣ ਉਹਦੇ ਪੰਜਾਬ ਸਰਕਾਰ ਵੱਲੋਂ ਇੱਥੇ ਪਾਣੀ ਦੇ, ਬਿਜਲੀ ਦਾ ਕੋਈ ਪ੍ਰਬੰਧ ਕਰਿਆ? ਨਾ, ਕੋਈ ਨਹੀਂ ਜੀ। ਬਿਜਲੀ ਦਾ ਤਾਂ ਅਸੀਂ ਸੰਘਰਸ਼ ਕਰਕੇ ਉਹਨਾਂ ਕੋਲ ਪ੍ਰਬੰਧ ਕਰਵਾਇਆ ਸੀ, ਪਰ ਬਿਜਲੀ ਦੀ ਸਮੱਸਿਆ ਹੈਗੀ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ? ਨਹੀਂ, ਬਿਲਕੁਲ। ਜਿਹੜੇ ਦਾਅਵਾ ਕਰਦੇ ਕਿਸਾਨਾਂ ਦੇ ਨਾਲ, ਉਹਨਾਂ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦੇ ਹੈਗੇ। ਸਰ ਜੀ, ਪਿੱਛੇ ਹੁਣ ਆਪਣੀਆਂ ਟਰਾਲੀਆਂ ਵੀ ਸੜੀਆਂ ਸੀਗੀਆਂ, ਅੱਗ ਵੀ ਲੱਗੀ ਸੀ, ਕੋਈ ਮੁਆਵਜ਼ਾ ਵਗੈਰਾ? ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਇੱਥੇ ਮੈਡੀਕਲ ਕੈਂਪ ਦੇਖ ਲਓ ਸਰਕਾਰ ਦੇ ਕਿੰਨੇ ਕੁ,